ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਆ? ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਲਓ ਦੋਸਤੋ, ਦਿਨ ਹੋ ਗਿਆ ਐਤਵਾਰ 23/7/23, ਅਤੇ ਅੱਜ ਹੈਗਾ ਐਤਵਾਰ। ਸਾਰਿਆਂ ਨੂੰ ਹੈਪੀ ਸੰਡੇ, ਬੋਨਾ ਡੋਮੇਨਿਕਾ। ਹਾਜ਼ਰ ਅਸੀਂ ਵੀ ਲੈ ਕੇ ਤੁਹਾਡੇ ਵਾਸਤੇ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ, ਅਤੇ ਖਬਰਾਂ ਇਮੀਗ੍ਰੇਸ਼ਨ ਦੀਆਂ, ਅਤੇ ਖਬਰਾਂ ਦੇਸ਼ ਵਿਦੇਸ਼ ਦੀਆਂ। ਅਤੇ ਦੱਸ ਦਿੰਦੇ ਪਹਿਲਾਂ, ਸਭ ਤੋਂ ਪਹਿਲਾਂ ਤਾਂ ਅੱਜ ਆਵਾਂਗੇ ਲਾਈਵ ਦੁਪਹਿਰੇ 12 ਵਜੇ ਇਟਲੀ ਦੇ ਟਾਈਮ ਦੇ ਹਿਸਾਬ ਨਾਲ, ਅਤੇ 3:30 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਲਾਈਵ ਆਵਾਂਗੇ ਆਪਾਂ ਇਸੇ ਯੂਟਿਊਬ ਚੈਨਲ 'ਤੇ। ਅਤੇ ਜਿਹੜੇ ਮੇਰੇ ਵੀਰਾਂ ਨੂੰ ਕੋਈ ਕਿਸੇ ਵੀ ਕਿਸਮ ਦਾ ਕੋਈ ਗੱਲਬਾਤ ਕਰਨੀ ਹੈ, ਸਵਾਲ ਪੁੱਛਣਾ, ਅਤੇ ਲਾਈਵ ਦੇ ਵਿੱਚ ਆਪਣੇ ਨਾਲ ਜੁੜ ਜਿਓ, ਕਿਉਂਕਿ ਤੁਹਾਨੂੰ ਪਤਾ ਹੀ ਆ, ਕੰਮਾਂ ਕਾਰਾਂ 'ਤੇ ਨਹੀਂ ਵੀਰਾਂ ਦੇ ਜਵਾਬ ਦਿੱਤੇ ਜਾਂਦੇ ਸਵਾਲਾਂ ਦੇ, ਜਾਂ ਕਿਸੇ ਵੀ ਕਿਸਮ ਦੇ ਇੰਨਾ ਟਾਈਮ ਨਹੀਂ ਨਿਕਲਦਾ। ਇਸ ਕਰਕੇ ਲਾਈਵ ਆਪਾਂ ਆਵਾਂਗੇ, ਕਰਾਂਗੇ ਖੁੱਲ੍ਹੀਆਂ ਗੱਲਾਂ ਬਾਤਾਂ। ਅਤੇ ਚਲੋ ਚੱਲਦੇ ਹਾਂ, ਚੱਲਦੇ ਹਾਂ। ਸਭ ਤੋਂ ਪਹਿਲਾਂ ਦੋਸਤੋ, ਅੱਜ ਗੱਲ ਕਰਾਂਗੇ ਇਮੀਗ੍ਰੇਸ਼ਨ ਜਿਹੜੀ ਖੁੱਲ੍ਹਣ ਜਾ ਰਹੀ ਹੈ, ਹੈ ਨਾ, ਜਿਹੜੀ ਖੁੱਲ੍ਹਣ ਜਾ ਰਹੀ ਹੈ ਉਹਦੀ ਗੱਲ ਕਰਾਂਗੇ। ਜਿਹੜਾ ਕੋਟਾ ਵਧਿਆ, 40,000 ਦਾ ਕੋਟਾ ਵਧਿਆ, ਉਹ ਤਾਂ ਵੱਖ ਆ ਨਵੀਂ ਇਮੀਗ੍ਰੇਸ਼ਨ, ਅਤੇ ਉਹਦੀ ਗੱਲ ਕਰਾਂਗੇ। ਪੂਰੇ ਦੱਸਾਂਗੇ ਵੀ ਕਿੰਨਾ ਕੋਟਾ ਕਦੋਂ ਕਿਵੇਂ ਕਿਹਦੇ ਕਿਵੇਂ ਕਿਵੇਂ ਆ। ਅਤੇ ਪਹਿਲਾਂ ਚੱਲਦੇ ਹਾਂ ਖਬਰਾਂ ਵੱਲ, ਇਟਾਲੀਅਨ ਖਬਰਾਂ ਦੀ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਆ ਵੀ ਜਿਹੜੀ ਮਾਲੇ ਟੈਂਪੋ, ਮਾਲੇ ਟੈਂਪੋ ਦਾ ਮਤਲਬ ਹੁੰਦਾ ਬਈ ਖਰਾਬ ਮੌਸਮ। ਮੌਸਮ ਨੇ ਬਹੁਤ ਤਬਾਹੀ ਮਚਾਈ ਵੀ ਆ ਇਹਨਾਂ ਦਿਨਾਂ ਦੇ ਵਿੱਚ ਇਟਲੀ ਦੇ ਵਿੱਚ। ਇਟਲੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਰੱਖਿਆ ਮੌਸਮ ਨੇ। ਇੱਕ ਪਾਸੇ ਤਾਂ ਖਰਾਬ ਮੌਸਮ ਆ ਜਿਹੜਾ ਕਰਮੋਨਾ ਏਰੀਏ ਦੇ ਵਿੱਚ, ਕਰਮੋਨਾ ਏਰੀਏ ਦੇ ਵਿੱਚ ਕੱਲ੍ਹ ਬੱਦਲ ਫਟਿਆ ਹੋਇਆ, ਇੱਕ ਬੱਦਲ ਫਟਿਆ ਕਰਮੋਨਾ ਏਰੀਏ ਦੇ ਵਿੱਚ, ਅਤੇ ਉਸ ਤੋਂ ਬਾਅਦ ਹੀ ਕੌਨਸੈਲਸਿਸ ਏਰੀਏ ਦੇ ਵਿੱਚ ਜਿਹੜੀ ਭਾਰੀ ਗੜੇਮਾਰੀ ਹੋਈ ਆ, ਜਿਹਦੇ ਨਾਲ ਤੂਫਾਨ ਆਇਆ, ਤੂਫਾਨ ਦੀਆਂ ਛੱਤਾਂ, ਘਰਾਂ ਦੀਆਂ ਛੱਤਾਂ ਉੱਡ ਗਈਆਂ, ਗੱਡੀਆਂ ਦਾ ਨੁਕਸਾਨ ਹੋਇਆ, ਭੰਨ ਤੋੜ ਹੋਈ ਆ, ਦਰੱਖਤ ਵਗੈਰਾ ਬਹੁਤ ਡਿੱਗਿਆ, ਅਤੇ ਬਲੈਕ ਆਊਟ ਹੋਇਆ ਹੋਇਆ। ਬਲੈਕ ਆਊਟ ਮਤਲਬ ਬਿਜਲੀ ਦੇ ਕੱਟ ਲੱਗੇ ਆ। ਅਤੇ ਉੱਧਰ ਹੀ ਦੂਜੇ ਪਾਸੇ ਅੱਜ ਵੀ ਮਿਲਾਨ ਦੇ ਵਿੱਚ ਰੈੱਡ ਅਲਰਟ ਜਾਰੀ ਆ, ਕਿਉਂਕਿ ਗਰਜ ਤੂਫਾਨ ਆਉਣ ਦੀ ਸੰਭਾਵਨਾ। ਬਲੋਨੀਆ ਏਰੀਏ ਦੇ ਵਿੱਚ ਵੀ ਗੜੇਮਾਰੀ, ਅਖਰੋਟਾਂ ਵਰਗੇ ਗੜੇ ਪਏ ਆ ਬੀਤੇ ਕੱਲ੍ਹ ਬਲੋਨੀਆ ਏਰੀਏ ਦੇ ਵਿੱਚ ਵੀ। ਉੱਧਰ ਪਾਰਮਾ ਅਤੇ ਰਿਜੋ ਮਿਲੀਆ ਦੇ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੋਇਆ ਖਰਾਬ ਮੌਸਮ ਦੇ ਚੱਲਦੇ। ਸੋ ਦੋਸਤੋ, ਇਹ ਉੱਤਰੀ ਇਟਲੀ ਦੀ ਗੱਲ ਕਰਦੇ ਹਾਂ, ਅਤੇ ਇਹਦੇ ਨਾਲ ਹੀ ਇਸ ਉੱਤਰੀ ਇਟਲੀ ਦੇ ਵਿੱਚ ਮੋਨਜ਼ਾ ਪਾਰਕ ਆ, ਮੋਨਜ਼ਾ ਪਾਰਕ ਨੂੰ ਵੀ ਬੰਦ ਕਰ ਦਿੱਤਾ ਗਿਆ, ਜਿੱਥੇ ਇੱਕ ਆਉਣ ਵਾਲੇ ਮੰਗਲਵਾਰ ਇੱਕ ਸਮਾਰੋਹ ਹੋਣਾ ਸੀਗਾ ਮਿਊਜ਼ਿਕ ਦਾ, ਜਿਹਦੇ ਵਿੱਚ 70,000 ਬੰਦੇ ਦਾ ਇਕੱਠ ਹੋਣਾ ਸੀਗਾ। ਉਸ ਪਾਰਕ ਦੇ ਵਿੱਚ ਵੀ ਜਿਹੜੇ ਦਰੱਖਤ ਵਗੈਰਾ ਡਿੱਗਣ ਦੇ ਕਾਰਨ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ। ਇਹਦੇ ਨਾਲ ਦੂਜੇ ਪਾਸੇ ਜੇ ਆਪਾਂ ਚੱਲ ਗਏ ਥੱਲੇ ਨੂੰ ਸਾਊਥ ਇਟਲੀ ਵੱਲ, ਸਾਊਥ ਇਟਲੀ ਇੱਧਰ ਉੱਤਰ ਇਟਲੀ ਦੇ ਵਿੱਚ ਜਿਵੇਂ ਕਿ ਗੜੇਮਾਰੀ ਆਹ ਕੁਛ ਹੋ ਰਿਹਾ, ਸਾਊਥ ਇਟਲੀ ਦੇ ਵਿੱਚ ਜਿਹੜਾ ਬੀਤੇ ਕੱਲ੍ਹ ਅਪੂਲੀਆ ਅਤੇ ਸਰਦੇਨੀਆ ਇਲਾਕੇ ਦੇ ਵਿੱਚ ਜਿਹੜਾ ਟੈਂਪਰੇਚਰ ਆ 48 ਡਿਗਰੀ ਤੱਕ ਜਿਹੜਾ ਪਹੁੰਚ ਚੁੱਕਿਆ ਸੀਗਾ, ਕਿਉਂਕਿ ਜਿਹੜਾ ਐਂਟੀ ਸਾਈਕਲੋਨ ਆ, ਅਫਰੀਕੀ ਐਂਟੀ ਸਾਈਕਲੋਨ, ਉਹ ਫਿਰ ਵਾਪਸ ਆ ਗਿਆ ਇਟਲੀ ਦੇ ਸਾਊਥ ਏਰੀਏ ਦੇ ਵਿੱਚ। ਅਤੇ ਜਿਵੇਂ ਕਿ ਕੱਲ੍ਹ ਮੇਰੇ ਏਰੀਏ ਦੇ ਵਿੱਚ, ਮੈਂ ਵੀ ਸਾਊਥ ਦੇ ਵਿੱਚ ਰਹਿੰਦਾ, ਮੇਰੇ ਏਰੀਏ ਦੇ ਵਿੱਚ ਵੀ ਕੱਲ੍ਹ ਜਿਹੜਾ ਟੈਂਪਰੇਚਰ ਨਾਪਿਆ ਗਿਆ ਦੁਪਹਿਰ ਵੇਲੇ 47 ਡਿਗਰੀ ਟੈਂਪਰੇਚਰ ਨਾਪਿਆ ਗਿਆ। ਅਤੇ ਬਾਕੀ ਇੱਧਰ ਇਸ ਏਰੀਏ ਦੇ ਵਿੱਚ ਵੀ ਰੈੱਡ ਅਲਰਟ ਆ, ਇੱਥੇ ਗਰਮੀ ਦਾ ਰੈੱਡ ਅਲਰਟ ਆ, ਅਤੇ ਉੱਧਰ ਉੱਤਰੀ ਇਟਲੀ ਦੇ ਵਿੱਚ ਜਿਹੜਾ ਖਰਾਬ ਮੌਸਮ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ। ਅਗਲੀ ਖਬਰ, ਅਗਲੀ ਨਿਊਜ਼ ਸ਼ੇਅਰ ਕਰਦੇ ਹਾਂ। ਲਾਂਪੇਦੂਸਾ ਟਾਪੂ 'ਤੇ ਪਹੁੰਚੇ 2501 ਨਵੇਂ ਮਹਿਮਾਨ ਬੀਤੀ ਰਾਤ। ਬੀਤੀ ਰਾਤ ਜਿਹੜਾ ਇਟਲੀ ਦਾ ਟਾਪੂ ਆ ਲਾਂਪੇਦੂਸਾ, ਉਹਦੇ 'ਤੇ ਫਿਰ 7 ਕਿਸ਼ਤੀਆਂ ਜਿਹੜੀਆਂ ਉਤਰੀਆਂ ਭਰ ਭਰ ਕੇ, ਜਿਹੜੀਆਂ ਚੱਲੀਆਂ ਸੀਗੀਆਂ, ਤੁਨੀਸ਼ੀਆ ਤੋਂ ਚੱਲੇ ਸੀਗੇ ਇਹ ਸਾਰੇ, ਅਤੇ ਇਹਨਾਂ ਦੇ ਵਿੱਚ ਗਰਭਵਤੀ ਔਰਤਾਂ ਵੀ ਸੀਗੀਆਂ, ਅਤੇ ਅਪਾਹਜ ਵਿਅਕਤੀ ਵੀ ਸੀਗੇ, ਅਤੇ ਨਾਬਾਲਗ ਵੀ ਦੱਸੇ ਜਾਂਦੇ ਵੀ ਇਹ ਸਾਰਿਆਂ ਦੇ ਵਿੱਚ 1034 ਨਾਬਾਲਗ ਬੱਚੇ ਸੀਗੇ, ਅਤੇ 7 ਤੋਂ 11 ਗਰਭਵਤੀ ਔਰਤਾਂ ਸੀਗੀਆਂ ਇਹਨਾਂ ਦੇ ਵਿੱਚ, ਅਤੇ 1 ਅਪਾਹਜ ਵਿਅਕਤੀ ਸੀਗਾ। ਇਹ ਜਿਹੜੇ ਬਚਾਈਆਂ ਗਈਆਂ 7 ਕਿਸ਼ਤੀਆਂ ਇਟਲੀ ਦੀ ਗੁਆਰਦਾ ਦੀ ਫਿਨੈਂਸਾ ਪੁਲਿਸ ਵੱਲੋਂ, ਅਤੇ ਜਿਹੜੇ ਪੋਰਟ ਪੁਲਿਸ ਹੁੰਦੀ ਆ ਸਮੁੰਦਰੀ ਪੁਲਿਸ, ਉਹਨਾਂ ਵੱਲੋਂ 7 ਕਿਸ਼ਤੀਆਂ ਬਚਾ ਕੇ ਇਹਨਾਂ ਨੂੰ ਲਾਂਪੇਦੂਸਾ ਟਾਪੂ 'ਤੇ ਪਹੁੰਚਾਇਆ ਗਿਆ। ਅਤੇ ਇਹ ਸਾਰੇ ਤੁਨੀਸ਼ੀਆ ਤੋਂ ਚੱਲੇ ਸੀਗੇ, ਅਤੇ ਹੁਣ ਵੇਖੋ ਦੋਸਤੋ ਇਟਲੀ ਦੇ ਕੰਮ ਵੇਖ ਲਓ। ਬਾਅਦ 'ਚ ਕਹਿ ਦਿੰਦੇ ਵੀ ਇਟਲੀ ਮੁਲਕ ਕੀ ਕਰੇ, ਇੱਕ ਪਾਸੇ ਤਾਂ ਇਹਨਾਂ ਨੂੰ ਸਾਂਭਦਾ ਜਿਹੜੇ ਕਿਸ਼ਤੀਆਂ ਭਰ ਭਰ ਆਉਂਦੇ ਆ, ਹੈ ਨਾ, ਅਤੇ ਦੂਜੇ ਪਾਸੇ ਜਿਹੜੇ ਲੀਗਲ ਇਮੀਗ੍ਰੇਸ਼ਨ, ਤੁਹਾਨੂੰ ਪਤਾ ਹੀ 4.5 ਲੱਖ ਬੰਦੇ ਵਾਸਤੇ ਸਰਕਾਰ ਨੇ ਕਹਿਤਾ ਵੀ 3 ਸਾਲਾਂ ਦੇ ਵਿੱਚ ਖੋਲ੍ਹਣੀ ਹੈ। ਅਤੇ ਚਲੋ ਅੱਗੇ ਗੱਲ ਕਰਦੇ ਹਾਂ ਬਲਾਤਕਾਰ ਅਤੇ ਹਿੰਸਾ ਦੇ
ਦੋਸ਼ ਦੇ ਵਿੱਚ ਦੋ ਗ੍ਰਿਫਤਾਰ ਕੀਤੇ ਗਏ ਆ ਬੰਦੇ। ਇਹ ਮੋਨਜ਼ਾ ਤੋਂ ਖਬਰ ਆ ਰਹੀ ਹੈ, ਇਟਲੀ ਦਾ ਇਲਾਕਾ ਪੈਂਦਾ ਮੋਨਜ਼ਾ। ਮੋਨਜ਼ਾ ਦੇ ਵਿੱਚ ਇੱਕ 29 ਸਾਲਾ ਔਰਤ ਆ ਜਿਹਦੇ ਨਾਲ ਇਹ ਘਟਨਾ ਵਾਪਰੀ ਆ, ਜਿਹਨੇ ਕਿ ਰਾਤ ਦੇ ਖਾਣੇ ਦੇ ਵਿੱਚ ਨਸ਼ੇ ਦੀ ਕੋਈ ਦਵਾਈ ਪਾ ਕੇ ਦਿੱਤੀ ਗਈ ਜਿਸ ਔਰਤ ਨੂੰ, ਅਤੇ ਇਹ ਕੰਮ ਕੀਤਾ ਗਿਆ। ਦੋ ਬਜ਼ੁਰਗ, ਬਜ਼ੁਰਗ ਵੀ ਕਹਿ ਸਕਦੇ ਹਾਂ ਪਰ ਇੱਥੇ 50 ਸਾਲਾਂ ਨੂੰ ਬਜ਼ੁਰਗ ਨਹੀਂ ਕਹਿੰਦੇ ਗਏ, 50 ਸਾਲਾਂ ਦੇ ਦੋ ਵਿਅਕਤੀਆਂ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਗਿਆ। ਨਸ਼ੇ ਦੀ ਦਵਾਈ ਉਹਨੂੰ ਪਹਿਲਾਂ ਪਿਆਈ ਗਈ, ਉਸ ਤੋਂ ਬਾਅਦ ਉਸ ਦੇ ਨਾਲ ਜਿਹੜੀ ਬਲਾਤਕਾਰ ਅਤੇ ਹਿੰਸਾ ਦਾ ਉਹਨੂੰ ਸ਼ਿਕਾਰ ਬਣਾਇਆ ਗਿਆ 29 ਸਾਲਾ ਔਰਤ ਨੂੰ। ਇਹ ਪਿਛਲੇ ਸ਼ਨੀਵਾਰ ਦੀ ਦੁਰਘਟਨਾ। ਅਤੇ ਉੱਧਰ ਹੀ ਗੱਲ ਕਰਦੇ ਹਾਂ ਸਰਕਾਰ ਦੀ, ਸਰਕਾਰ ਦੀ ਜੇ ਗੱਲ ਕਰੀਏ ਤਾਂ ਬੀਤੇ ਕੱਲ੍ਹ ਆ ਜਿਹੜੇ ਪਾਰਲੀਮੈਂਟ ਦੇ ਵਿੱਚ ਦੋ ਔਰਤਾਂ ਆਹਮੋ ਸਾਹਮਣੇ ਭਿੜੀਆਂ, ਭਿੜਪੀਆਂ, ਮਤਲਬ ਦੋ ਔਰਤਾਂ ਤੁਹਾਨੂੰ ਪਤਾ ਹੀ ਆ ਜਦੋਂ ਔਰਤਾਂ ਭਿੜਦੇ ਆ ਤਾਂ ਕੀ ਹੁੰਦਾ, ਉਹ ਇੱਕ ਪਾਸੇ ਮਲੋਨੀ ਪ੍ਰਧਾਨ ਮੰਤਰੀ ਇਟਲੀ ਦੀ, ਦੂਜੇ ਪਾਸੇ ਸ਼ਲੀਨੀ ਵਿਰੋਧੀ ਪਾਰਟੀ ਦੀ ਮੰਤਰੀ, ਦੋਨਾਂ ਦੀ ਆਪਸ ਵਿੱਚ ਕੱਲ੍ਹ ਚੰਗੀ ਬਹਿਸ ਹੋਈ ਕਿਸੇ ਮੁੱਦੇ ਨੂੰ ਲੈ ਕੇ। ਉਹ ਬਹਿਸ ਅਜੇ ਤੱਕ ਸਾਹਮਣੇ ਨਹੀਂ ਕੀਤੀ ਗਈ, ਜਨਤਕ ਨਹੀਂ ਕੀਤੀ ਗਈ। ਉਸ ਤੋਂ ਬਾਅਦ ਜਿਹੜੀ ਸ਼ਲੀਨੀ ਨੇ ਕਿਹਾ ਮੈਂ ਮਲੋਨੀ ਨਾਲ ਮੰਤਰੀ ਉਹ ਸੋਰੀ ਮੀਟਿੰਗ ਕਰਨ ਵਾਸਤੇ ਤਿਆਰ ਹਾਂ ਜੇਕਰ ਕਹਿਣਗੇ ਤਾਂ, ਅਤੇ ਹੁਣ ਵੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ। ਪਰ ਇੱਥੇ ਪਤਾ ਲੱਗਦਾ ਵੀ ਔਰਤਾਂ ਕਿਤੇ ਵੀ ਹੋਣ, ਭਲਾ ਘਰਾਂ ਦੇ ਵਿੱਚ ਹੋਣ ਤਾਂ ਭਲਾ ਪਾਰਲੀਮੈਂਟ ਦੇ ਹੋਣ, ਆਪਸ ਵਿੱਚ ਟੱਕਰ ਬਹੁਤ ਛੇੜੀ ਲੈਂਦੀਆਂ। ਅਤੇ ਅੱਗੇ ਗੱਲ ਕਰਦੇ ਹਾਂ ਨਾਰੀਅਲ, ਨਮਕੀਨ ਨਾਰੀਅਲ ਜਿਹੜੇ ਮੇਰੇ ਵੀ ਮਾਰਿਆਂ 'ਤੇ ਜਾਂਦੇ ਆ, ਚਲੋ ਆਪਾਂ ਠੀਕ ਆ ਖਾਣਾ ਹੀ ਹੁੰਦਾ। ਅਤੇ ਉੱਥੇ ਗੱਲ ਕਰਦੇ ਹਾਂ ਅਮੀਲੀਆ ਰਿਮਾਨੀਆ ਦੇ ਮਾਰਿਆਂ ਦੀ ਗੱਲ ਕਰਦੇ ਹਾਂ, ਸਮੁੰਦਰੀ ਬੀਚ ਦੀ ਗੱਲ ਕਰਦੇ ਹਾਂ। ਉੱਥੇ ਇੱਕ ਜੋ ਨਮਕੀਨ ਨਾਰੀਅਲ ਵੇਚ ਰਿਹਾ ਸੀਗਾ, ਖੋਪਾ ਆਪਾਂ ਕਹਿ ਸਕਦੇ ਹਾਂ ਨਾਰੀਅਲ, ਉਹਨੂੰ 10,000 ਯੂਰੋ ਦਾ ਜੁਰਮਾਨਾ ਕੀਤਾ ਉੱਥੋਂ ਦੀ ਗਵਾਰਦੀ ਦੀ ਫਰੈਂਸਾ ਵੱਲੋਂ। ਇਸ ਤੋਂ ਪਹਿਲਾਂ ਵੀ ਰਵੀਨਾ ਇਲਾਕੇ ਦੇ ਵਿੱਚ ਕੀਤਾ ਗਿਆ ਸੀ ਪਿਛਲੇ ਸਾਲ 48,000 ਤੱਕ ਦਾ ਜੁਰਮਾਨਾ। ਅਤੇ ਅੱਗੇ ਗੱਲ ਕਰਦੇ ਹਾਂ ਦੂਜੇ ਪਾਸੇ ਸੋਰੀ ਜਿਹੜਾ ਮੇਰੇ ਵੀਰ ਲੈਣ ਵਾਸਤੇ ਬਲੋ ਬੈਰਗਮਲ ਤੋਂ ਕਲਚੀ ਨਾਤੇ ਤੋਂ ਕਲਚੀ ਨਾਤੇ ਟੂਰ ਗਿਆ ਸੀ, ਉਹ ਬਹੁਤ ਵਧੀਆ ਟੂਰ ਆ। ਅਤੇ ਹੁਣ ਅਗਲੇ ਟੂਰ ਫਿਰ ਜਾ ਰਿਹਾ, ਇੱਕ ਜਾ ਰਿਹਾ 5 ਅਗਸਤ ਨੂੰ, ਇੱਕ 15 ਅਗਸਤ ਨੂੰ ਟੂਰ ਜਾ ਰਿਹਾ ਸਵਿਸ ਵਾਸਤੇ। ਇੱਕ ਦਿਨ ਦਾ ਟੂਰ ਹੁੰਦਾ, ਅਤੇ ਜਿਹੜੇ ਮੇਰੇ ਵੀਰ ਜਾਣਦੇ ਚਾਹਵਾਨ ਆ 5 ਅਗਸਤ ਨੂੰ ਜਾ ਰਿਹਾ, ਹੁਣ 15 ਅਗਸਤ ਨੂੰ ਅਤੇ 5 ਨੂੰ ਜਾ ਰਿਹਾ, ਅਤੇ ਕੰਟੈਕਟ ਕਰ ਸਕਦੇ ਆ ਆਪਣੇ ਤਰਸੇਮ ਲਾਲ ਭਾਜੀ ਸੁਰੀਲਾ ਪ੍ਰੋਡਕਸ਼ਨ ਵਾਲੇ, ਉਹਨਾਂ ਨਾਲ ਕੰਟੈਕਟ ਕਰ ਸਕਦੇ ਹਾਂ ਜਿਨ੍ਹਾਂ ਨੇ ਜਾਣਾ। ਇਹ ਕਲਚੀ ਨਾ ਅਤੇ ਬੈਰਗਾਮੋ ਤੋਂ ਚੱਲਦੇ ਆ ਟੂਰ। ਅਤੇ ਅਪੁਆਇੰਟਮੈਂਟਾਂ ਦੀ, ਅਪੁਆਇੰਟਮੈਂਟ ਦੀ ਹਜੇ ਕੋਈ ਅਪਡੇਟ ਕੋਈ ਖਬਰ ਨਹੀਂ ਆ ਰਹੀ, ਅਤੇ ਅਪੁਆਇੰਟਮੈਂਟਾਂ ਖੁੱਲ੍ਹਣਾ ਓਪਨ ਹੈਗੀਆਂ ਜਿਨ੍ਹਾਂ ਦੇ ਟੂਰਿਸਟ ਵੀਜ਼ੇ ਆ ਨੌਨ EU ਸਿਟੀਜ਼ਨ ਅਤੇ EU ਸਿਟੀਜ਼ਨ, ਇਹਨਾਂ ਵਾਸਤੇ 1 ਤੋਂ 15 ਸਤੰਬਰ ਤੱਕ ਦੀਆਂ ਤਰੀਕਾਂ ਮਿਲ ਰਹੀਆਂ, ਅਪੁਆਇੰਟਮੈਂਟਾਂ ਮਿਲ ਰਹੀਆਂ। ਅਤੇ ਜਿਹੜੇ ਫੈਮਿਲੀ ਕੇਸ ਆ ਜਿਹੜੇ ਉਹਨਾਂ ਦੀਆਂ 28 ਤੋਂ ਲੈ ਕੇ 24 ਤੋਂ 28 ਤੱਕ ਦਿੱਲੀ ਚੰਡੀਗੜ੍ਹ ਅਤੇ ਜਲੰਧਰ, ਇਹ ਅਪੁਆਇੰਟਮੈਂਟਾਂ ਹੈਗੀਆਂ, ਤੁਸੀਂ ਕੰਟੈਕਟ ਕਰ ਸਕਦੇ ਹੋ ਚੌਹਾਨ ਵੀਰ ਨੂੰ। ਬਾਕੀ ਇਸ ਸਾਰੇ ਵਿਸ਼ੇ ਦੇ ਉੱਤੇ ਅੱਜ ਐਤਵਾਰ ਅੱਜ ਦੁਪਹਿਰੇ ਲਾਈਵ ਦੇ ਵਿੱਚ ਚੌਹਾਨ ਵੀਰ ਨੂੰ ਹੋ ਸਕਦਾ ਜੇ ਟਾਈਮ ਹੋਇਆ ਤਾਂ ਉਹਨਾਂ ਨੂੰ ਲਾਈਵ 'ਤੇ ਲੈ ਕੇ ਪੂਰੀ ਗੱਲਬਾਤ ਉਹਨਾਂ ਤੋਂ ਪੁੱਛਾਂਗੇ ਵੀ ਕੀ ਆ ਅਪੁਆਇੰਟਮੈਂਟਾਂ ਦਾ ਸਿਸਟਮ। ਅਤੇ ਨਾਲ ਹੀ ਆਪਾਂ ਐਕਸਪਰਟ ਆ ਜਿਹੜੇ ਏਅਰ ਟਿਕਟਾਂ ਦੇ ਐਕਸਪਰਟ ਆ ਜਾਂ ਕਿਸੇ ਵੀ ਇੰਡੀਅਨ ਪਾਸਪੋਰਟ ਦੇ ਐਕਸਪਰਟ ਆ, ਉਹਨਾਂ ਨੂੰ ਲਾਈਨ 'ਤੇ ਲਿਆਵਾਂਗੇ ਲਾਈਵ ਦੇ ਵਿੱਚ। ਅਤੇ ਗੱਲ ਕਰਦੇ ਹਾਂ ਦੋਸਤੋ ਇਮੀਗ੍ਰੇਸ਼ਨ ਦੀ, ਇਮੀਗ੍ਰੇਸ਼ਨ ਦੀ ਲਾਟ 'ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਕੋਟੇ ਜਾਰੀ ਹੋਏ ਆ, ਮੈਂ ਸ਼ਾਇਦ ਪਹਿਲਾਂ ਵੀ ਸ਼ੇਅਰ ਕਰ ਚੁੱਕਾ ਇਹ ਵੀ ਜਿਹੜੇ ਨਵੇਂ ਕੋਟੇ ਜਾਰੀ ਹੋਏ ਆ, ਤੁਸੀਂ ਸਾਹਮਣੇ ਲਿਸਟ ਵੀ ਵੇਖ ਰਹੇ ਸਕਰੀਨ 'ਤੇ ਵੀ 2023-24 ਅਤੇ 25 ਵਾਸਤੇ 3 ਸਾਲਾਂ ਵਾਸਤੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਕੋਟੇ 4,52,000 ਬੰਦੇ ਵਾਸਤੇ ਜਾਰੀ ਕੀਤੇ ਗਏ ਆ। 23 ਦੇ ਵਿੱਚ 1,36,000 ਅਤੇ 24 ਦੇ ਵਿੱਚ 1,51,000 ਅਤੇ 25 ਦੇ ਵਿੱਚ 1,65,000 ਬੰਦਾ ਇਹਨਾਂ ਨੇ ਬੁਲਾਉਣਾ ਇਟਲੀ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਗੱਲ ਕਰਦਾ ਵੀ ਪੱਕੇ ਪੇਪਰਾਂ ਦੇ ਉੱਤੇ ਲਵੋਰੋ ਨੌਨ ਸਤਾਜ਼ੀਓ ਨਾਲੇ ਨੌਨ ਸੀਜ਼ਨਲ, ਮਤਲਬ ਉਹਦਾ ਸੀਜ਼ਨ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। 2023 ਦੇ ਵਿੱਚ ਇਹਨਾਂ ਨੇ ਬੰਦੇ ਬੁਲਾਉਣੇ ਆ 53,450। ਚਲੋ 24 ਨੂੰ ਆਪਾਂ ਛੱਡ ਦਿੰਦੇ, 24 ਦੀ ਗੱਲ ਨਹੀਂ ਕਰਦੇ ਗੇ ਕਿਉਂਕਿ ਆਪਾਂ ਲੈਂਦੇ ਹਾਂ ਇਸੇ ਸਾਲ ਦੇ ਵਿੱਚ 53,450 2023 ਦੇ ਵਿੱਚ ਬੰਦੇ ਇਹਨਾਂ ਨੇ ਬੁਲਾਉਣੇ ਆ ਪੇਪਰ ਜਦੋਂ ਕੱਲ੍ਹ ਅੱਗੇ ਮੈਂ ਦੱਸਦਾ ਤੁਹਾਨੂੰ। ਅਤੇ ਉਸ ਤੋਂ ਬਾਅਦ ਜਿਹੜੇ ਘਰਾਂ ਦੇ ਕੰਮਾਂ ਵਾਸਤੇ, ਜੇ ਆਪਾਂ ਕਹਿ ਰਹੇ ਹਾਂ ਵੀ ਘਰਾਂ ਦੇ ਕੰਮਾਂ ਵਾਸਤੇ ਬੰਦੇ ਬੁਲਾਉਣੇ ਆ 9,500 ਬੰਦਾ ਘਰਾਂ ਦੇ ਕੰਮਾਂ ਵਾਸਤੇ। ਉਸ ਤੋਂ ਬਾਅਦ ਪ੍ਰੋਫੈਸ਼ਨਲ ਬੰਦੇ ਜਿਹੜੇ ਕਿਸੇ ਖਿੱਤੇ ਦੇ ਵਿੱਚ ਪ੍ਰੋਫੈਸ਼ਨਲ ਆ ਜਾਂ
ਜਾਂ ਆਰਟਿਸਟ ਆ ਜਾਂ ਕੋਈ ਵੀ ਆ, 500 ਇਕੱਲਾ 500 ਬੰਦਾ ਉਹਦਾ ਕੋਟਾ। ਅਤੇ ਫਿਰ ਗੱਲ ਕਰਦੇ ਹਾਂ ਸੀਜ਼ਨਲ ਪੇਪਰ, ਜਿਨ੍ਹਾਂ ਨੂੰ ਆਪਾਂ 9 ਮਹੀਨੇ ਵਾਲੇ 6 ਮਹੀਨੇ ਵਾਲੇ ਕਹਿ ਸਕਦੇ ਹਾਂ। ਉਹਦੇ ਵਿੱਚ ਖੇਤੀਬਾੜੀ ਵਾਲੇ 40,000 ਬਣਾਉਣਾ ਇਸ ਸਾਲ ਦੇ ਵਿੱਚ ਵਿੱਚ, ਅਤੇ ਟੂਰਿਸਟ ਏਰੀਏ ਦੇ ਵਿੱਚ, ਟੂਰਿਸਟ ਸੈਕਟਰ ਦੇ ਵਿੱਚ 30,000 ਬੰਦਾ ਖੇਤੀਬਾੜੀ ਸੈਕਟਰ ਦੇ ਵਿੱਚ। ਅਤੇ ਜਿਹੜੀਆਂ ਦੂਜੀ ਕੈਟਾਗਰੀਆਂ ਆ ਜਾਂਦੀਆਂ ਜਿਵੇਂ ਚੇਂਜ ਕਰਵਾਉਣ ਵਾਲੇ ਜਾਂ ਹੋਰ ਨਿੱਕੀਆਂ ਮੋਟੀਆਂ ਕੈਟਾਗਰੀਆਂ ਪੇਪਰ ਚੇਂਜ ਕਰਵਾਉਣ ਵਾਲੇ ਜਾਂ ਹੋਰ, 12,550 ਉਹ ਰੱਖੇ ਗਏ। ਮਤਲਬ ਇਹ ਟੋਟਲ ਕੁੱਲ ਮਿਲਾ ਕੇ ਹੋ ਜਾਂਦਾ 1,36,000 ਬੰਦਾ। ਇਹਦਾ ਦੋਸਤੋ ਹਜੇ ਤੱਕ ਸਰਕਾਰ ਨੇ ਲਿਸਟਾਂ ਜਾਰੀ ਕਰਤੀਆਂ, ਸਾਰਾ ਕੁਛ ਓਕੇ ਹੋ ਗਿਆ, DPCM ਮਤਲਬ ਕਾਨੂੰਨ ਬਣ ਚੁੱਕਾ, ਕਾਨੂੰਨ ਬਣ ਚੁੱਕਾ, ਕਾਨੂੰਨ ਲਾਗੂ ਨਹੀਂ ਹੋਇਆ ਹੈਗਾ ਹਜੇ। ਕਾਨੂੰਨ ਲਾਗੂ ਹੋਊਗਾ ਜਿਸ ਦਿਨ ਗਜੇਤਾ ਆਫੀਸੀਅਲ ਸਰਕਾਰੀ ਅਖਬਾਰ ਹੁੰਦਾ ਜਿਹੜਾ, ਉਹਦੇ ਵਿੱਚ ਜਿਸ ਦਿਨ ਇਹ ਛਪ ਕੇ ਆ ਗਿਆ ਉਸ ਦਿਨ ਤੋਂ ਕਾਨੂੰਨ ਲਾਗੂ ਹੁੰਦਾ। ਉਸ ਦਿਨ ਤੋਂ ਲੈ ਕੇ ਇਹਦੇ ਵਿੱਚ ਦੱਸਿਆ ਗਿਆ ਉਸ ਦਿਨ ਦਾ ਜਿਸ ਦਿਨ ਗਜੇਤੇ ਦੇ ਵਿੱਚ ਆ ਗਿਆ ਉਸ ਦਿਨ ਤੋਂ 60ਵੇਂ ਦਿਨ ਇਹ ਸਾਰੇ ਪੇਪਰ ਕਲੈਕਟ ਹੋਣਗੇ, 60ਵੇਂ ਦਿਨ। ਨਾ ਕਿ ਤੁਹਾਨੂੰ ਅੱਜ ਹੀ ਕੋਈ ਏਜੰਟ ਕਹਿ ਦੇ ਵੀ ਪੇਪਰ ਖੁੱਲ੍ਹ ਗਿਆ, ਪੇਪਰ ਭਰੇ, ਭਰ ਦਿਓ, ਪੈਸੇ ਦਿਓ, ਉਹ ਦਿਓ, ਨਹੀਂ। ਇਹ ਹਜੇ ਕਾਨੂੰਨ ਸਰਕਾਰ ਨੇ ਜਾਰੀ ਕੀਤਾ, ਠੀਕ ਆ, ਕਾਨੂੰਨ ਜਾਰੀ ਕਰਤਾ ਮਤਲਬ ਕਾਨੂੰਨ ਬਣਾ ਤਾ, ਕਾਨੂੰਨ ਲਾਗੂ ਨਹੀਂ ਕੀਤਾ ਹਜੇ। ਜਿਸ ਦਿਨ ਲਾਗੂ ਹੋ ਗਿਆ, ਇਹਦੇ ਵਿੱਚ ਇਹ ਵੀ ਲਿਖਿਆ ਗਿਆ ਵੀ ਜਿਸ ਦਿਨ ਇਹ ਕਾਨੂੰਨ ਲਾਗੂ ਹੋ ਗਿਆ ਗਜੇਤੇ ਦੇ ਵਿੱਚ ਆ ਗਿਆ, ਉਸ ਤੋਂ 60ਵੇਂ ਦਿਨ ਇਹ ਪੇਪਰ ਭਰੇ ਜਾਣਗੇ। ਮੰਨ ਲਾ ਜੇ ਸੋਮਵਾਰ ਨੂੰ ਕਾਨੂੰਨ ਲਾਗੂ ਹੁੰਦਾ ਤੁਹਾਡਾ, ਇਹ ਕਾਨੂੰਨ ਸੋਮਵਾਰ ਨੂੰ ਅਕਸਰ ਸਰਕਾਰੀ ਅਖਬਾਰ ਦੇ ਵਿੱਚ ਛਪ ਕੇ ਆਉਂਦਾ, ਅਤੇ ਸੋਮਵਾਰ ਤੋਂ 60ਵੇਂ ਦਿਨ ਦੀ ਤਰੀਕ ਹੋਊਗੀ। ਇਹ ਤਰੀਕ ਕੋਈ ਇਹਨਾਂ ਨੇ ਆਏ ਨਹੀਂ ਦੱਸੀ ਹੁੰਦੀ ਵੀ ਕਿੰਨੀ ਤਰੀਕ, ਇਹ 60ਵਾਂ ਦਿਨ ਹੀ ਦੱਸਦੇ ਹੁੰਦੇ ਆ, ਜਾਂ 30ਵਾਂ ਦਿਨ ਜਾਂ 35ਵਾਂ ਦਿਨ, ਜਿੱਦਾਂ ਕਾਨੂੰਨ ਸਰਕਾਰੀ ਅਖਬਾਰ ਦੇ ਵਿੱਚ ਆ ਗਿਆ। ਸੋ ਇਹ ਸਾਰਾ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਸਾਰਾ ਬਾਇਓਡਾਟਾ 2023 ਦਾ ਹੀ ਮੈਂ ਦੱਸਿਆ, 24-25 ਦਾ ਵੀ ਤੁਸੀਂ ਵੇਖ ਰਹੇ ਹੋ ਸਕਰੀਨ 'ਤੇ। ਅਤੇ ਮਤਲਬ ਟੋਟਲ 4,52,000 ਬੰਦਾ ਜਾਣਾ ਹੈ ਬਾਹਰੋਂ ਮੰਗਾਉਣਾ, ਬਾਹਰਲੇ ਕੰਟਰੀਆਂ ਤੋਂ, 36 ਕੰਟਰੀਆਂ ਤੋਂ ਮੰਗਾਉਣਾ, ਨਾ ਕਿ ਇਕੱਲੇ ਇੰਡੀਆ ਤੋਂ ਹੀ, ਠੀਕ ਆ। ਅਤੇ ਇਹਦੇ ਵਿੱਚ ਵੇਖਦੇ ਹੁਣ ਕਿਹਦੀ ਕਿਹਦੀ ਲਾਟਰੀ ਪੈਂਦੀ ਹੈ। ਇਹ ਮੈਂ ਤਾਂ ਲਾਟਰੀ ਕਹਿੰਦਾ ਹੁੰਦਾ, ਇਹ ਲਾਟਰੀ ਸਿਸਟਮ ਹੁੰਦਾ ਇੱਕ, ਜਿਹਦੀ ਲਾਟਰੀ ਨਿਕਲੇ ਉਹਦੀ ਬੱਲੇ ਬੱਲੇ ਆ, ਅਤੇ ਜਿਹਦੀ ਨਹੀਂ ਨਿਕਲੀ ਅਤੇ ਹੋਰ ਚਾਂਸ ਹੈਗਾ 2 ਸਾਲ ਵਾਸਤੇ, ਠੀਕ ਆ, ਫਿਰ ਟਰਾਈ ਕਰ ਲਿਓ, ਕੋਈ ਚੱਕਰ ਨਹੀਂ। ਸੋ ਦੋਸਤੋ ਇਸਦੀ ਮੇਨ ਅਪਡੇਟ ਮਿਲਦੇ ਆ ਅੱਜ ਲਾਈਵ ਦੇ ਵਿੱਚ, ਦੁਪਹਿਰੇ ਕਰਾਂਗੇ ਗੱਲਾਂ ਬਾਤਾਂ ਸਾਂਝੀਆਂ, ਹੈ ਨਾ, ਕਮੈਂਟਾਂ ਦੇ ਜਵਾਬ, ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। 12 ਕੁ ਵਜੇ ਇਟਲੀ ਦੇ ਟਾਈਮ ਹਿਸਾਬ ਨਾਲ, ਅਤੇ 3:30 ਵਜੇ ਇੰਡੀਆ ਦੇ ਟਾਈਮ ਹਿਸਾਬ ਨਾਲ ਆ ਜਾਓ ਮੇਰੇ ਵੀ, ਟਾਈਮ ਵਿਹਲੇ ਹੋ ਕੇ ਆਪਦਾ ਕੰਮ ਧੰਦਾ ਨਿਬੇੜ ਕੇ, ਅਤੇ ਮਾਰਾਂਗੇ ਆਪਾਂ ਗੱਲਾਂ ਬਾਤਾਂ। ਤਦ ਤੱਕ ਦਿਵਾ ਗਿਆ, ਸਤਿ ਸ਼੍ਰੀ ਅਕਾਲ ਸਰ।